ਹਾਦਸੇ ਦੀ ਲਾਈਵ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ 60 ਸਵਾਰੀਆਂ ਸਵਾਰ ਸਨ ਤੇ ਬੱਸ ਬੇਕਾਬੂ ਹੋ ਗਈ, ਡੂੰਗੀ ਖੱਡ 'ਚ ਜਾ ਡਿੱਗੀ। ਦੋ ਸਵਾਰੀਆਂ ਦੀ ਮੌਤ ਹੋ ਗਈ ਤੇ ਕਈ ਸਵਾਰੀਆਂ ਜ਼ਖਮੀ ਨੇ। ਜਿਸ ਦੌਰਾਨ ਬੱਸ ਡੂੰਗੀ ਖੱਡ 'ਚ ਡਿੱਗੀ ਹੈ ਤੇ ਇੱਕ ਸ਼ਖਸ ਬੱਸ ਵਿੱਚ ਬੈਠਾ ਹੀ ਵੀਡੀਓ ਬਣਾ ਰਿਹਾ ਸੀ, ਬਾਹਰ ਦੇ ਨਜ਼ਾਰੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਿਹਾ ਸੀ। ਤੇ ਇਸੇ ਦੌਰਾਨ ਜਿੱਦਾਂ ਹੀ ਇਹ ਬੱਸ ਮੋੜ ਕੱਟਣ ਲੱਗਦੀ ਹੈ ਤਾਂ ਮੋੜ ਕੱਟਿਆ ਨਹੀਂ ਜਾਂਦਾ, ਇਹ ਬੱਸ ਸਿੱਧੀ ਖਾਈ ਦੇ ਵਿੱਚ ਜਾ ਡਿੱਗਦੀ ਹੈ। ਉਸ ਦੌਰਾਨ ਜੋ ਵਾਪਰਿਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਇਹ ਬੱਸ ਰਿੜਦੀ ਹੋਈ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ। ਤੇ ਉਸ ਦੌਰਾਨ ਬੱਸ ਦੇ ਵਿੱਚ ਜੋ ਚੀਕ ਚਿਹਾੜਾ ਮੱਚ ਰਿਹਾ ਸੀ ਉਸ ਕੈਮਰੇ ਦੇ ਵਿੱਚ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਹੋ ਗਿਆ, ਜੋ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਤੋਂ ਬੱਸ ਬੇਕਾਬੂ ਹੋ ਗਈ, ਉਹਦੇ ਕੋਲੋਂ ਮੋੜ ਨਹੀਂ ਕੱਟਿਆ ਗਿਆ ਤੇ ਬੱਸ ਸਿੱਧੀ ਖਾਈ ਦੇ ਵਿੱਚ ਜਾ ਡਿੱਗੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ ਉਸ ਦੌਰਾਨ ਇਸ ਬੱਸ ਦੇ ਵਿੱਚ 60 ਸਵਾਰੀਆਂ ਬੈਠੀਆਂ ਹੋਈਆਂ ਸਨ ਤੇ ਇੱਕ ਸ਼ਖਸ ਦੇ ਵੱਲੋਂ ਬੱਸ 'ਚ ਬੈਠਿਆ ਹੀ ਬਾਹਰ ਖਿੜਕੀ ਦੇ ਰਾਹੀਂ ਵੀਡੀਓ ਬਣਾਈ ਜਾ ਰਹੀ ਸੀ ਆਪਣੇ ਮੋਬਾਈਲ ਫੋਨ ਦੇ ਵਿੱਚ। ਜਿਸ ਦੌਰਾਨ ਇਹ ਹਾਦਸਾ ਹੋਇਆ ਤਾਂ ਮੋਬਾਈਲ ਫੋਨ ਦਾ ਕੈਮਰਾ ਔਨ ਹੀ ਸੀ, ਜੋ ਸਾਰਾ ਮੰਜ਼ਰ ਇਸ ਹਾਦਸੇ ਦਾ ਉਸ ਮੋਬਾਈਲ ਫੋਨ ਦੇ ਵਿੱਚ ਕੈਦ ਹੋ ਗਿਆ ਕਿ ਕਿਵੇਂ ਇਹ ਬੱਸ ਸਿੱਧੀ ਖਾਈ ਦੇ ਵਿੱਚ ਜਾ ਕੇ ਡਿੱਗਦੀ ਹੈ, ਖੱਡ 'ਚ ਡਿੱਗਦੀ ਹੈ ਜੋ ਕਈ ਫੁੱਟ ਡੂੰਘੀ ਸੀ। ਤਾਂ ਉਸ ਦੌਰਾਨ ਜੋ ਚੀਕ ਚਿਹਾੜਾ ਮਚਿਆ ਸਭ ਕੁਝ ਇਸ ਮੋਬਾਈਲ ਫੋਨ ਦੇ ਕੈਮਰੇ 'ਚ ਰਿਕਾਰਡ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਕੇ ਤੇ ਰਾਹਗੀਰ ਵੀ ਰੁਕੇ ਤੇ ਲੋਕਾਂ ਦੇ ਵੱਲੋਂ ਵੀ ਮਦਦ ਕੀਤੀ ਗਈ, ਜੋ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੋ ਜਿਹੜੇ ਸਵਾਰੀਆਂ ਦੱਸੀਆਂ ਜਾ ਰਹੀਆਂ ਹੈ ਜਿਨ੍ਹਾਂ ਦੀ ਥਾਂ ਹੀ ਮੌਤ ਹੋ ਗਈ ਹੈ, ਬਾਕੀ ਕੁਝ ਗੰਭੀਰ ਜ਼ਖਮੀ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਦੱਸ ਦਈਏ ਕਿ ਐਕਸੀਡੈਂਟ ਸੂਰਤ ਦੇ ਸਾਪੂਤਾਰਾ ਘਾਟ ਦੇ ਨਜ਼ਦੀਕ ਹੋਇਆ ਹੈ, ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚੋਂ ਇਹ ਬੱਸ ਨਿਕਲ ਰਹੀ ਸੀ ਤਾਂ ਜਦੋਂ ਮੋੜ ਕੱਟਣਾ ਸੀ ਤਾਂ ਬੱਸ ਡਰਾਈਵਰ ਤੋਂ ਮੋੜ ਕੱਟਿਆ ਨਹੀਂ ਗਿਆ, ਬੱਸ ਬੇਕਾਬੂ ਹੋ ਗਈ ਤੇ ਮੋੜ ਕੱਟਣ ਦੀ ਥਾਂ ਸਿੱਧਾ ਖਾਈ ਵੱਲ ਨੂੰ ਜਾ ਡਿੱਗੀ। ਜਿਸ ਦੌਰਾਨ ਸ਼ਖਸ ਜੋ ਵੀਡੀਓ ਬਣਾ ਰਿਹਾ ਸੀ ਉਸਦੇ ਮੋਬਾਈਲ ਦਾ ਕੈਮਰਾ ਔਨ ਰਹਿ ਗਿਆ ਤੇ ਉਸਦੇ ਵਿੱਚ ਸਾਰਾ ਇਹ ਖੌਫਨਾਕ ਮੰਜ਼ਰ ਰਿਕਾਰਡ ਹੋ ਗਿਆ। ਚੀਕ ਚਿਹਾੜਾ ਮਚਿਆ ਤੇ ਲੋਕ ਵੀ ਇੱਥੇ ਭੱਜੇ ਆਏ ਮਦਦ ਕਰਨ ਦੇ ਲਈ। ਦੱਸ ਦਈਏ ਕਿ 60 ਸਵਾਰੀਆਂ ਦੇ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ ਜ਼ਖਮੀ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। Oh, my God.